नमस्कार, सत श्री अकाल, आदाब। नेचुरल होलिस्टिक हर्बल विटामिन सेंटर में सभी प्यारे दर्शकों का बहुत बहुत स्वागत। मैं हूं डॉक्टर कुमार। नवें दर्शक जहाँ जेडे ऑलरेडी इन्ने साल तो मैं जानते हैं, उन्हों की नॉलेज लिए इन्ना दसना जरूरी है कि मेरा प्रोग्राम तुसी हर बुधवार स्टैंडर्ड ईस्टर्न टाइम न्यूयॉर्क टाइम शामी 6:30 बजे और यही प्रोग्राम फिर हर ਵੀਰਵਾਰ ਅਤੇ ਸ਼ਨੀਵਾਰ ਰਿਪੀਟ ਹੁੰਦਾ 12:45 'ਤੇ ਦੁਪਹਿਰ ਨੂੰ ਸਟੈਂਡਰਡ ਈਸਟਰਨ ਟਾਈਮ 'ਤੇ। ਜਾਂ ਜਿਹੜੇ ਲੋਕ ਯੂਟਿਊਬ 'ਤੇ ਜਾ ਕੇ ਦੇਖਣਾ ਚਾਹੁੰਦੇ ਹੋਣ ਅਤੇ ਗਲੋਬਲ ਪੰਜਾਬ ਦੇ ਕੈਲੰਡਰ 'ਤੇ ਜਾ ਕੇ ਯੂਟਿਊਬ 'ਤੇ ਤੁਸੀਂ ਮੇਰੇ ਸਾਰੇ ਐਪੀਸੋਡ ਵਾਚ ਕਰ ਸਕਦੇ ਹੋ। ਅਤੇ ਲੈਟ ਸਟਾਰਟ ਸਮਥਿੰਗ ਡਿਫਰੈਂਟ ਟੂਡੇ। ਟੂਡੇ ਆਈ ਡੋਂਟ ਨੋ, ਵੀ ਹੈਵ ਡਿਸਕਸਡ ਮਿਲੀਅਨਸ ਆਫ ਟਾਈਮਸ ਔਨ ਈਚ ਐਂਡ ਐਵਰੀ ਐਪੀਸੋਡ ਫਰੋਮ ਹੈਡ ਟੂ ਫੁੱਟ ਏ ਟੂ ਜ਼ੀ, ਐਂਡ ਨਾਓ ਆਈ ਥਿੰਕ ਲੈਟਸ ਟੇਕ ਸਮ ਕਾਮਨ ਟੋਪਿਕ ਟੂਡੇ। ਮੇਰੇ ਪਿਆਰੇ ਦਰਸ਼ਕ, ਪੰਜਾਬੀ ਦਰਸ਼ਕ ਪੰਜਾਬੀ ਭਾਸ਼ਾ ਦੇ ਵਿੱਚ ਇਹ ਸਮਝ ਸਕਦੇ ਆ, ਕੋਈ ਐਸਾ ਟੋਪਿਕ ਨਹੀਂ ਜਿਹਦੇ 'ਤੇ ਅਸੀਂ ਡਿਸਕਸ ਨਹੀਂ ਕੀਤਾ। ਭਾਵੇਂ ਸਿਰ ਦੀ ਦਰਦ ਹੋਵੇ, ਗੋਡਾ ਦਰਦ ਹੋਵੇ, ਮੋਢਾ ਦਰਦ ਹੋਵੇ, ਛਾਤੀ ਦਰਦ ਹੋਵੇ, ਪੇਟ ਦਰਦ ਹੋਵੇ, ਕਮਰ ਦਰਦ ਹੋਵੇ, ਰਿਮੇਟਡ ਆਰਥਰਾਈਟਸ ਹੋਵੇ, ਆਰਥਰੈਟਿਕ ਸਪੋਂਡਲਾਈਟਸ ਹੋਵੇ, ਜਾਂ ਕੋਈ ਸਕਿਨ ਪ੍ਰੋਬਲਮ ਹੋਵੇ, ਕੋਈ ਦਿਮਾਗ ਦੀ ਪ੍ਰੋਬਲਮ ਹੋਵੇ, ਜਿਗਰ ਦੀ ਪ੍ਰੋਬਲਮ ਹੋਵੇ, ਪੈਂਕਰੀਅਸ ਦੀ ਪ੍ਰੋਬਲਮ ਹੋਵੇ, ਸਟੋਮਿਕ ਦੀ ਪ੍ਰੋਬਲਮ ਹੋਵੇ, ਗੈਸਟ੍ਰਾਈਟਸ ਹੋਵੇ, ਸੈਕਸੁਅਲ ਪ੍ਰੋਬਲਮ ਹੋਵੇ, ਮੇਲ ਐਂਡ ਫੀਮੇਲ ਸੈਕਸੁਅਲ ਡਿਸਆਰਡਰਸ ਹੋਣ, ਵਾਲ ਚੜਦੇ ਹੋਣ, ਮੋਟਾਪਾ ਹੋਵੇ, ਬਲੱਡ ਪ੍ਰੈਸ਼ਰ ਹੋਵੇ, ਸ਼ੂਗਰ ਹੋਵੇ, ਕੋਲੈਸਟਰੋਲ ਹੋਵੇ। ਲੇਕਿਨ ਤੁਸੀਂ ਨੋਟ ਕਰਨਾ, ਅੱਜ ਕੱਲ੍ਹ ਤਾਂ ਕਾਮਨ ਬਹੁਤ ਹੋ ਗਿਆ, ਇੱਕ ਤਾਂ ਐਲਰਜੀ ਬੜੀ ਹੋ ਰਹੀ ਹੈ ਔਰ ਇੱਕ ਅੱਜ ਕੱਲ੍ਹ ਨਸ਼ਿਆਂ 'ਤੇ ਦੁਨੀਆ ਬਹੁਤ ਫਸੀ ਹੈ। ਕਿੰਨੇ ਮਾਂ ਬਾਪ ਇੱਥੇ ਵਿਚਾਰੇ ਮੈਨੂੰ ਕਾਲ ਕਰਕੇ ਦੱਸਦੇ ਕਿ ਉਹਨਾਂ ਦੇ ਮੁੰਡੇ ਸਿਗਰਟਾਂ, ਸ਼ਰਾਬ, ਫੀਮ, ਚਰਸ, ਗਾਂਜਾ ਔਰ ਉਹਨਾਂ ਨਸ਼ਿਆਂ ਦੇ, ਕਈ ਦੇਖੋ ਲੇਡੀਜ਼ ਮੇਰੇ ਕੋਲ ਆਉਂਦੀਆਂ ਵੀ ਉਹਨੇ ਹਸਬੈਂਡ ਦੀ ਪ੍ਰੋਬਲਮ ਹੈ, ਕਈ ਆਦਮੀ ਆਉਂਦੇ ਵਿਚਾਰੇ ਕਿ ਉਹਨਾਂ ਨੂੰ ਬੱਚਿਆਂ ਨੂੰ ਪ੍ਰੋਬਲਮ ਹੈ ਔਰ ਕਈ ਵਾਰੀ ਇਹ ਪ੍ਰੋਬਲਮ ਆਉਂਦੀ ਕਿ ਉਹ ਫਿਰ ਪੁੱਛਣਗੇ ਕਿ ਦਵਾਈ ਇਹ ਅਸੀਂ ਕਿਸੇ 'ਚ ਮਿਕਸ ਕਰਕੇ ਤਾਂ ਨਾ ਦੇ ਦਈਏ। ਔਰ ਮੈਂ ਓਪਨਲੀ ਕਹਿੰਦਾ ਹੁੰਦਾ, ਲਿਸਨ, ਜੇ ਸ਼ਰਾਬ ਦਾ ਨਸ਼ਾ ਛੱਡਣਾ ਤਾਂ ਬੰਦਾ ਆਪਣਾ ਮਨ ਮਾਰ ਲਵੇ, ਆਪਣੇ ਮਨ ਨੂੰ ਤੁਸੀਂ ਮਾਰ ਲਓ ਤਾਂ ਸ਼ਰਾਬ ਦਾ ਨਸ਼ਾ ਬਿਨਾਂ ਦਵਾਈਆਂ ਤੋਂ ਵੀ ਛੱਡ ਸਕਦੇ ਹੋ। ਜਾਂ ਰੱਬ ਵਾਲੇ ਬੰਨੇ ਧਿਆਨ ਲਾ ਲਓ, ਮੈਡੀਟੇਸ਼ਨ ਕਰੋ, ਯੋਗਾ ਕਰੋ, ਨਹੀਂ ਤਾਂ ਡਾਕਟਰ ਕੁਮਾਰ ਇਜ਼ ਜਸਟ ਫੋਨ ਕਾਲ ਅਵੇ। ਅਸੀਂ ਹਜ਼ਾਰਾਂ ਬੰਦਿਆਂ ਦੀ ਇਹ ਮਦਦ ਕੀਤੀ ਹੈ, ਸ਼ਰਾਬ ਦਾ ਨਸ਼ਾ ਕਿੱਦਾਂ ਛੁਡਾਉਣਾ। ਹਜੇ ਪਿਛਲੇ ਹਫ਼ਤੇ ਹੀ ਮੇਰੇ ਕੋਲ ਕੋਈ ਬਜ਼ੁਰਗ ਆਏ ਵਿਚਾਰੇ, ਮੈਂ ਨਾਮ ਨਹੀਂ ਲੈਣਾ, ਔਰ ਉਹਨਾਂ ਵਿਚਾਰਿਆਂ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ, ਮੈਂ 2 ਸਾਲ ਪਹਿਲਾਂ ਤੁਹਾਡੇ ਕੋਲ ਆਇਆ ਸੀ, ਤੁਸੀਂ ਮੇਰੀ ਦਰਦ ਦੀ ਦਵਾਈ ਦਿੱਤੀ ਸੀ, ਇੱਕੋ ਵਾਰੀ ਦਵਾਈ ਦਿੱਤੀ ਸੀ, ਮੇਰੀ ਬੈਕ ਪੇਨ 2 ਸਾਲ ਹੋ ਗਏ, ਬਿਲਕੁਲ ਠੀਕ ਆ, ਅੱਜ ਕੱਲ੍ਹ ਮੈਂ ਆਪਣੇ ਮੁੰਡੇ ਤੋਂ ਬਹੁਤ ਦੁਖੀ ਹਾਂ। ਔਰ ਦੇਖੋ, ਅਸੀਂ ਤੁਹਾਨੂੰ ਸ਼ਰਾਬ ਦਾ ਨਸ਼ਾ ਪਹਿਲਾਂ ਤਾਂ ਦੱਸੀਏ ਵੀ ਹੁੰਦਾ ਕਿਉਂ ਹੈ, ਕੌਣ ਲਾਉਂਦੇ ਨੇ, ਕੀ ਨੁਕਸਾਨ ਹੋ ਸਕਦੇ ਨੇ, ਜੇ ਸੱਚ ਪੁੱਛੋ ਤਾਂ ਨਸ਼ਾ ਕੋਈ ਵੀ ਹੋਵੇ, ਭਾਵੇਂ ਉਹ ਸ਼ਰਾਬ ਦਾ, ਸਿਗਰਟ ਦਾ, ਚਰਸ ਦਾ, ਗਾਂਜੇ ਦਾ, ਫੀਮ ਦਾ, ਭੰਗ ਦਾ, ਨਸ਼ਾ ਕੋਈ ਵੀ ਆ, ਉਹਦਾ ਕੋਈ ਫਾਇਦਾ ਨਹੀਂ, ਉਲਟਾ ਨੁਕਸਾਨ ਹੀ ਆ। ਸ਼ਰਾਬ ਦਾ ਨਸ਼ਾ ਦੇਖੋ, ਕੋਈ ਬੰਦਾ ਚਿੰਤਾ ਫਿਕਰ ਨਾਲ ਲਾ ਲੈਂਦਾ, ਕੋਈ ਬੰਦਾ ਵਿਹਲਾ ਹੁੰਦਾ, ਕੰਮ ਕਾਜ ਨਹੀਂ, ਕੋਈ ਚਿੰਤਾ ਫਿਕਰ ਨਹੀਂ, ਚਲੋ ਸ਼ਾਮ ਨੂੰ ਬਹਿ ਕੇ ਰਿਲੈਕਸ ਕਰ ਲਈਏ, ਥੋੜ੍ਹੀ ਦੇਰ ਲਈ ਤੁਹਾਨੂੰ ਸਕੂਨ ਮਿਲਦਾ, ਲੇਕਿਨ ਅਲਟੀਮੇਟਲੀ ਉਹਦਾ ਰਿਜ਼ਲਟ ਮਾੜਾ ਹੀ ਹੁੰਦਾ। ਸਭ ਤੋਂ ਪਹਿਲਾਂ ਤਾਂ ਉਹਨੇ ਬ੍ਰੇਨ ਨੂੰ ਖਰਾਬ ਕਰਨਾ, ਜੇ ਆਪਾਂ ਸਿਰ ਤੋਂ ਸ਼ੁਰੂ ਹੋਈਏ, ਸਰਕੂਲੇਟਰੀ ਸਿਸਟਮ ਖਰਾਬ ਕਰਨਾ, ਪੈਂਕਰੀਅਸ ਨੂੰ ਖਰਾਬ ਕਰਨਾ, ਪੈਂਕਰੀਅਸ ਦੇ ਵਿੱਚ ਸੋਜਿਸ਼ ਕਰਨੀ ਹੈ, ਪੈਂਕਰੀਆ ਟਾਈਟਸ ਕਰਨਾ, ਜਿਹਦੇ ਕਰਕੇ ਸ਼ੂਗਰ ਹੋਣੀ ਹੈ। ਮੈਂ ਸ਼ਰਾਬ ਦੇ ਨਸ਼ੇ ਦੀ ਗੱਲ ਕਰ ਰਿਹਾ, ਨਸ਼ਾ ਵੈਸੇ ਕੋਈ ਵੀ ਹੋਵੇ, ਪੈਂਕਰੀਟਾਈਟਸ। ਇਸੇ ਤਰ੍ਹਾਂ ਫਿਰ ਇਹਨੇ ਲਿਵਰ ਨੂੰ ਖਰਾਬ ਕਰਨਾ, ਜਿਗਰ ਦੇ ਵਿੱਚ ਜਾਣਾ, ਲਿਵਰ ਡੈਮੇਜ ਇਹਨੇ ਕਰਨਾ ਹੀ ਕਰਨਾ ਸ਼ਰਾਬ ਨੇ। ਔਰ ਲਿਵਰ ਜਦੋਂ ਤੁਹਾਨੂੰ ਪਤਾ ਡੈਮੇਜ ਹੋ ਜਾਂਦਾ ਅਤੇ ਕਈ ਵਾਰੀ ਇਹ ਬਿਮਾਰੀ ਵੱਧ ਜਾਂਦੀ ਹੈ, ਉਹਨੂੰ ਸਿਰੋਸਿਸ ਆਫ ਲਿਵਰ ਕਹਿੰਦੇ, ਜਿਹਨੂੰ ਆਪਾਂ ਲਿਵਰ ਦਾ ਕੈਂਸਰ ਕਹਿੰਦੇ ਹਾਂ, ਲਿਵਰ ਦੇ ਨੋਡਿਊਲਸ ਬਣ ਜਾਂਦੇ ਨੇ। ਔਰ ਹੁਣ ਤਾਂ ਠੀਕ ਹੈ, ਦੁਨੀਆ ਬੜੀ ਐਡਵਾਂਸ ਹੋ ਗਈ ਹੈ, ਟੈਕਨੋਲੋਜੀ ਐਡਵਾਂਸ ਹੋ ਗਈ ਹੈ, ਸਾਇੰਸ ਬੜੀ ਐਡਵਾਂਸ ਹੋ ਗਈ ਹੈ, ਕਹਿੰਦੇ ਵੀ ਲਿਵਰ ਟ੍ਰਾਂਸਪਲਾਂਟ ਹੋ ਜਾਂਦੀ ਹੈ ਜਿੱਦਾਂ ਕਿਡਨੀ ਟ੍ਰਾਂਸਪਲਾਂਟ ਹੁੰਦੀ ਹੈ, ਲੇਕਿਨ ਇੱਥੇ ਤੱਕ ਪਹੁੰਚਣ ਤੋਂ ਪਹਿਲਾਂ ਕਿਉਂ ਨਾ ਆਪਾਂ ਉਹਨਾਂ ਨਸ਼ਿਆਂ ਤੋਂ ਆਪ ਬਚੀਏ। ਬ੍ਰੇਨ ਡਿਸਆਰਡਰਸ ਹੋਣੇ, ਦਿਮਾਗੀ ਬਿਮਾਰੀਆਂ ਹੋ ਜਾਣੀਆਂ, ਯਾਦਾਸ਼ਤ ਘੱਟ ਜਾਣੀ ਹੈ, ਕਿੱਥੇ ਮੈਂ ਦੱਸਿਆ, ਸਪਲੀਨ, ਪੈਂਕਰੀਅਸ, ਲਿਵਰ, ਸਟੋਮਿਕ, ਸਰਕੂਲੇਟਰੀ ਸਿਸਟਮ, ਨਰਵਸ ਸਿਸਟਮ, ਬ੍ਰੇਨ ਡਿਸਆਰਡਰਸ ਐਂਡ ਰਿਪ੍ਰੋਡਕਟਿਵ ਸਿਸਟਮ, ਮੇਲ ਸੈਕਸੁਅਲ ਪ੍ਰੋਬਲਮ, ਸ਼ਰਾਬ ਦੇ ਨਸ਼ੇ ਨਾਲ ਨਾਮਰਦਾਨਗੀ ਹੋਣੀ ਹੋਣੀ ਹੈ। ਪਿਆਰੇ ਦਰਸ਼ਕੋ, ਬੜੇ ਧਿਆਨ ਨਾਲ ਸੁਣੀਓ, ਲੋਕ ਸ਼ਰਾਬ ਨਸ਼ਾ ਇਸ ਕਰਕੇ ਪੀ ਲੈਂਦੇ ਆ ਕਿ ਸ਼ਾਇਦ ਇਹ ਗੁਪਤ ਰੋਗਾਂ ਦੇ ਵਿੱਚ ਸਾਨੂੰ ਫਾਇਦਾ ਕਰੇਗਾ। ਅਲਟੀਮੇਟਲੀ ਉਹਨਾਂ ਨੂੰ ਪੁੱਛ ਕੇ ਦੇਖ ਲਓ, ਨਹੀਂ ਤਾਂ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਲਓ ਕਿ ਅੱਜ ਤੁਹਾਡੀ ਸੈਕਸੁਅਲ ਪਰਫੋਰਮੈਂਸ ਕਿੱਦਾਂ ਦੀ ਹੈ, ਕਿ ਜਦੋਂ ਤੁਸੀਂ ਸ਼ਰਾਬ ਨਹੀਂ ਸੀ ਪੀਂਦੇ ਤਾਂ ਕਿੱਦਾਂ ਦੀ ਸੀ ਪਹਿਲੇ। ਭਾਵੇਂ ਤੁਸੀਂ ਯੰਗ ਹੋ, ਭਾਵੇਂ ਤੁਹਾਡੀ ਏਜ 25 ਸਾਲ ਦੀ ਹੈ ਅਤੇ ਭਾਵੇਂ ਤੁਹਾਡੀ ਏਜ 75 ਸਾਲ ਦੀ ਹੈ, ਸ਼ਰਾਬ ਦੇ ਨਸ਼ੇ ਨਾਲ, ਫੀਮ ਦੇ ਨਸ਼ੇ ਨਾਲ, ਭੰਗ ਦੇ ਨਸ਼ੇ ਨਾਲ, ਇਹਨਾਂ ਨਸ਼ਿਆਂ ਨਾਲ ਤੁਹਾਡਾ ਸਿਸਟਮ ਖਰਾਬ ਹੋਣਾ ਹੀ ਹੈ, ਐਂਡੋਕ੍ਰਾਈਨ ਸਿਸਟਮ ਖਰਾਬ ਹੋਣਾ ਹੈ,
पिट्यूटरी ग्लैंड ने काम करना बंद कर देना है, सर्कुलेटरी सिस्टम खराब होना है, नर्वस सिस्टम खराब होना है, रिप्रोडक्टिव सिस्टम खराब होना है। इस करके प्यारे दर्शकों तुहाडे लई, क्योंकि ये टॉपिक गल करते करते 15 मिनट सानू सोचना होंदा वी किहदे बारे गल करिए, ते गल करते करते मेरे दिमाग च कोई आ जांदा जिहदे करके मैं उस टॉपिक ते डिस्कस कर रहा हुंना। डजंट मैटर वी आर टॉकिंग अबाउट हाइपरटेंशन, हाई कोलेस्ट्रोल, डायबिटीज, सर्कुलेट सिस्टम, रिप्रोडक्टिव सिस्टम, स्पलीन, लेकिन शराब दा नशा जे छुड़ाना होवे, नशियां तों बचना होवे, अपनी जिंदगी सवारनी तां लिवर नूं फंक्शन प्रॉपरली करना है, जां अपनी जिंदगी नूं सुधारना जे चेहरे ते रौनक दुबारा लियानी है, ते इन्हां नशियां तों बचो, इन्हां फिकरां तों बचो। और फिर मेरा फोन तुसीं कर सकदे हो, मेरी ईमेल मैनूं कर सकदे हो। अपने माँ बाप नूं कोई चिंता फिकर दी लोड़ नहीं, लेकिन कोशिश ये जरूर करो कि नजायज़ तरीके नाल दवाई नहीं देनी। बच्चे ने प्रॉब्लम है तो बेशक दस के दियो और उन्होंने क्लीयर करो। नो डाउट कई लेडीज़ बेचारियाँ हसबैंड दवाई दें दी है और वो सोचते हैं कि शायद हसबैंड नहीं पता लगना, ऐसी कोई गल नहीं, पता हब सब हों कि मैं ये दवाई नाल कदी दे रहे हैं। इस करके बैटर यह हों कि अगले दस दौ। जे आप कही भी परौंठी च पा के, दही च पा के, मसाले च पा के मिक्स करके देिए दवाई, तो याद रखना दवाई का असर वो कभी भी नहीं होना जो असी सीधे तरीके दवाई पूरी फॉर्म च कैप्सूल टैबलेट फॉर्म च खानी है, क्योंकि नाल असी जिगर का भी सोचना। और जदों कोई नशा छड़ना, जिहड़े लोग इन्नी देर तो फीम खा रहे हैं, जदों छड़दे उन्हां नूं डायरिया हो जाता, लूज मोशन हो जाते हैं, और फिर कई बार कहीदा हौली हौली छड्डो भावें। नहीं तो मेरे को अज तक नशे की दवाई मैनूं इन्ने साल हो गए करदे नूं, जिन्ने भी लिती है कई तो एकदम छड्ड गए। वो डिपेंड करते असी किस तरह की दवाई दे रहे हैं। जिहड़े बंदे नशा छड़ने चाहते आप सानूं कहिंदे कि डॉक्टर साहब असी दुखी हो गए, हुण तुसीं हैल्प करो, अद्धा तो वो इन्ने च ठीक हो जाते। सब तो पहला अपने विल पावर वधाओ, मैडीटेशन योगा ने हैल्प करनी है, रब वाले बने ध्यान लाओ, परमात्मा ने फिर तुहाडा साथ देना, अपने मन नूं आप मार लो, कई बार दवाइया की लोड़ भी नहीं होंदी। लेकिन ये याद रखना कि नशे छुड़ाने दे विच असी जिन्नी दुनिया की मदद की है, और उन्होंने ये पता लग गया कि ना कि नशा छुट गया, नाले जड़ी लत्तां खुसदियां सी, जड़ी फटीक लगती सी, जड़ी तोड़ लगती सी, जिगर खराब होया सी, सब कुछ ठीक, भुख ठीक लगन लग गई, डाइजेस्टिव सिस्टम ठीक हो गया, लिवर प्रॉपरली फंक्शन करन लग गया, सर्कुलेटरी सिस्टम ठीक हो गया, पैंक्रियास काम करन लग गई, सोजश ठीक हो गई, पैंक्रियाटाइटिस ठीक हो गया, हेपेटोमगैली ठीक हो गई, शुगर तो बच गए, लत्तां खुसन तो बच गए, सैक्सुअल परफॉर्मेंस ठीक हो गई शराब छड्डन नाल। और नाल जिहड़ी असी दवाई दित्ती, तुसीं इह नोट करना कि असी जिहड़ी दवाई दे रहे होने किसी नशे नूं छुड़ाउण दे लई, उहदे नाल नाल तुहानूं ताकत आउंदी है, जिसमानी ताकत भी, दिमागी ताकत भी, और सैक्सुअल ताकत भी। जिहड़ा मैं हज़ारां वारी दस्सिया कि दिस इज़ अ गुड थिंग अबाउट आयुर्वैदिक हर्बल नैचुरल थेरेपी, दैट वी आर ट्राइंग टू क्योर वन थिंग एंड वी कैन ओनली यूज़ द वर्ड क्योर, बिकॉज इफ वी आर ट्रीटिंग मॉडर्न मेडिसिन दे कांट इवन यूज़ द वर्ड क्योर, बिकॉज दे डोंट हैव क्योर फॉर एनी अदर ट्रीटमेंट, फॉर एनी क्रॉनिक ट्रीटमेंट देर इज़ नो केयर, विच आई हैव मोर एक्सपीरियंस अबाउट द एलोपैथी साइंस, आई कैन टेल ओपनली ऑन द नेशनल टी वी दैट आई हैव 30 years experience of the modern science as well. Because of my qualification, I'm telling you openly, treat your problem wherever you trust by herbal way, by natural way, by lot of information you can also find out from my website. That's what I have written, that's what I'm doing. So, प्यारे दर्शको, नशे दी प्रॉब्लम होवे जां अज कल होर बड़ी एलर्जी दी है, अज मेरे ख्याल साढ़े को इन्ना टाइम तो नहीं लगेगा, लेकिन कोई ना कोई टॉपिक से सानू चुनना पैंदा। इस करके तुसी किसी किस्म की कोई प्रॉब्लम होवे, तुसी चैनल वाले नू भी दस सकते हो ईमेल करके भी डॉक्टर साहब नू कहो भी इस टॉपिक ते डिस्कस करन, जां तुसी मैनू डायरैक्टली कर सकते हो। अदरवाइज़ असी भावें ब्लड प्रैशर होवे, शूगर होवे, कोलेस्ट्रोल होवे, मोटापा होवे, साइनस प्रॉब्लम होवे, फीमेल प्रॉब्लम होन, औलाद ना हुंदी होवे, एंडोमेट्राइटिस होवे, बच्चेदानी सोजश होनी, मैंने किसी का फोन आया कि फाइब्राइड यूट्रस के उन्होंने बच्चेदानी दे विच बिना ऑपरेशन तो हज़ारां लखां केस असी बिना ऑपरेशन तो, बिना सर्जरी तो, बिना लेज़र तो, और फिर कैंसर तक का इलाज असी करते हैं, ब्रेस्ट कैंसर होवे, प्रोस्टेट कैंसर होवे, हैं कैंसर जिहड़ी असी ठीक कर सकते हैं, नहीं तो तुहानू पता है कीमोथरैपी तो बाद वाल चढ़ जाने हैं, और फिर हज़ारां लखां केस जिहड़े एक बार होस्पिटलाइजेशन हो जाती है, उन्होंने डैथ तक सुनी है। तुसी इहो अल्जाइमरस डिजीज़ होवे, MS होवे, हैं व्हीलचेयर ते पेशेंट्स असी उठाते जड़े, और फिर असी प्राउड नहीं कीता, हाँ तुसी उत्थे कोऑपरेट करना है। कई 1% इहो जे पेशेंट होणगे जिहड़े सोचदे होणगे शायद जी द मूवमेंट वी स्टार्ट द मेडिसिन वी कैन गैट रिड ऑफ मेडिसिन, दैट्स अ स्टुपिडिटी, यू डोंट इवन थिंक ऑफ दैट, वी आर टॉकिंग अबाउट द नैचुरल थेरेपी, हर्बल थेरेपी, आयुर्वैदिक थेरेपी विदाउट एनी साइड इफेक्ट एंड लॉन्ग लास्टिंग रिजल्ट। सो प्यारे दर्शकों,
ਅੱਜ ਅਸੀਂ ਤੁਹਾਡੇ ਨਾਲ ਗੱਲ ਕੀਤੀ। ਜ਼ਿਆਦਾ ਮੇਰਾ ਕਹਿਣ ਦਾ ਮਕਸਦ ਜੇ ਕਿਸੇ ਨੇ ਨਸ਼ੇ ਤੋਂ ਛੁਡਾਉਣਾ ਹੋਵੇ, ਔਰ ਗਰੰਟਿਡ, ਲੇਕਿਨ ਟਾਈਮ ਕਿੰਨਾ ਲੱਗ ਸਕਦਾ ਇਹ ਡਿਪੈਂਡ ਕਰਦਾ, ਐਵਰੀਬਾਡੀ ਇਜ਼ ਡਿਫਰੈਂਟ। ਕਈ ਪੇਸ਼ੈਂਟ ਮੇਰੇ ਵਿਚਾਰੇ ਦੋ ਦੋ ਤਿੰਨ ਤਿੰਨ ਹਫ਼ਤਿਆਂ 'ਚ ਸਦਾ ਵਾਸਤੇ ਸ਼ਰਾਬ ਛੱਡ ਗਏ, ਕਈ ਪੇਸ਼ੈਂਟ ਨੇ 2 ਮਹੀਨੇ ਦਵਾਈ ਖਾਧੀ, ਕਈ ਪੇਸ਼ੈਂਟ ਨੇ ਜ਼ਿਆਦਾ ਦੇਰ ਤਾਂ ਖਾਧੀ ਕਿ ਇੱਕ ਤਾਂ ਉਹਨਾਂ ਨੇ ਇਹ ਨਹੀਂ ਸਮਝਿਆ, ਇੱਕ ਤਾਂ ਨਸ਼ੇ ਤੋਂ, ਇੱਕ ਦੇਖੋ ਕਈ ਵਾਰੀ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕਿ ਨਸ਼ਾ ਛੁਡਾਉਂਦੇ ਛੁਡਾਉਂਦੇ ਉਹਨਾਂ ਦੀ ਸ਼ੂਗਰ ਠੀਕ ਹੋ ਗਈ। ਕਈਆਂ ਦੇ ਨਸ਼ਾ ਛੁਡਾਉਂਦੇ ਛੁਡਾਉਂਦੇ ਵਿਚਾਰਿਆਂ ਦੀ ਵੇਟ ਸੀ ਬਹੁਤ ਜ਼ਿਆਦਾ, ਵੇਟ ਵੀ ਕੰਟਰੋਲ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਓਬੈਸਿਟੀ ਇਜ਼ ਏ ਹੋਮ ਆਫ ਡਿਜ਼ੀਜ਼। ਜਦੋਂ ਲਿਵਰ ਖਰਾਬ ਹੋ ਗਿਆ ਅੱਧੀਆਂ ਬਿਮਾਰੀਆਂ ਨਾਲ ਹੀ ਹੋਣੀਆਂ ਸ਼ੁਰੂ ਹੋ ਜਾਣੀਆਂ। ਸ਼ਰਾਬ ਨੇ ਜਾਂ ਕਿਸੇ ਨਸ਼ੇ ਨੇ, ਕਈ ਵਾਰੀ ਮੈਂ ਕਿੰਨੇ ਐਪੀਸੋਡ ਕੀਤੇ ਮੈਂ ਇਹ ਦੱਸਿਆ ਕਿ ਸ਼ਰਾਬ ਤੋਂ ਜ਼ਿਆਦਾ ਨਸ਼ਾ ਮਾੜਾ ਜਿਹੜਾ ਸਿਗਰਟ ਦਾ, ਕਿਉਂਕਿ ਸਿਗਰਟ ਨੇ ਇੱਕ ਵਾਰੀ ਲੰਗ ਕੈਂਸਰ ਵੀ ਕਰਨਾ, ਔਰ ਫਿਰ ਰਿਪ੍ਰੋਡਕਟ ਆਪਣਾ ਸੋਰੀ, ਜੇ ਨਸ਼ਾ ਆਪਾਂ ਸ਼ਰਾਬ ਦਾ ਦਿੱਤਾ ਤਾਂ ਪਹਿਲਾਂ ਤੁਸੀਂ ਇਹ ਸੋਚੋ ਕਿ ਬ੍ਰੇਨ ਤਾਂ ਖਰਾਬ ਹੋਣਾ ਹੀ ਹੋਣਾ, ਬ੍ਰੇਨ ਡਿਸਆਰਡਰ ਨੇ ਬੰਦਾ ਪਾਗਲ ਹੋ ਜਾਂਦਾ, ਡਿਪਰੈਸ਼ਨ ਚੱਲ ਜਾਂਦਾ, ਐਂਗਜ਼ਾਇਟੀ ਹੋ ਜਾਂਦੀ, ਸਪਰੈਡ ਹੋ ਜਾਂਦੀ, ਬਾਈਪੋਲਰ ਡਿਪਰੈਸ਼ਨ ਹੋ ਜਾਂਦੀ ਹੈ, ਬੰਦੇ ਕੋਲ ਉੱਠਿਆ ਨਹੀਂ ਜਾਂਦਾ। ਨਸ਼ੇ ਦੇ ਕਾਰਨ ਹੀ ਤੁਸੀਂ ਮਿੱਟੀ ਹੋਣਾ ਸਰੀਰ, ਨਸ਼ੇ ਦੇ ਕਾਰਨ ਹੀ ਡਾਈਜੈਸਟਿਵ ਸਿਸਟਮ, ਨਸ਼ੇ ਦੇ ਕਾਰਨ ਹੀ ਹਾਰਟ, ਹਾਰਟ ਪ੍ਰੋਬਲਮਸ, ਹਾਰਟ ਅਟੈਕ ਹੋਏ ਨੇ। ਆਲ ਦੋਸ ਪੀਪਲ ਹੂ ਆਰ ਡੈਡ ਡਰੰਕਰਸ ਨਾਓ, ਉਹਨਾਂ ਦੇ ਕਿੰਨੇ ਕਿੰਨੇ ਸਟੰਟ ਪਏ ਆ, ਸਰਜਰੀ ਉਹਨਾਂ ਦੀ ਕਿੰਨੀ ਵਾਰੀ ਹੋ ਚੁੱਕੀ ਹੈ, ਔਰ ਫਰਦਰ ਸਰਜਰੀ ਉਹਨਾਂ ਨੂੰ ਐਡਵਾਈਜ਼ ਕੀਤੀ ਜਾਂਦੀ ਹੈ, ਹੋਸਪਿਟਲਾਈਜੇਸ਼ਨ ਹੋ ਰਹੀ ਹੈ, ਐਂਡ ਆਲ ਦੋਜ਼ ਪੇਸ਼ੈਂਟਸ ਆਰ ਟੇਕਿੰਗ ਮੈਡੀਸਨਸ ਕੰਟੀਨਿਊਸਲੀ ਫਾਰ ਥਾਇਰਾਇਡ, ਫਾਰ ਹਾਰਟ ਪ੍ਰੋਬਲਮ, ਫਾਰ ਸਟੰਟ, ਬਲੱਡ ਥਿਨਰ, ਫਿਰ ਕਿਡਨੀ ਖਰਾਬ ਹੋ ਜਾਂਦੀ, ਫਿਰ ਡਾਇਲਿਸਿਸ 'ਤੇ। ਅਤੇ ਵਾਈ ਨਾਟ ਵੀ ਸ਼ੁੱਡ ਗੈਟ ਰਿਡ ਆਫ ਦਾ ਰੂਟ ਕਾਜ਼ ਦਾ ਡਿਜ਼ੀਜ਼, ਵਾਈ ਨਾਟ ਵੀ ਸ਼ੁੱਡ ਅਵੋਇਡ ਦਾ ਅਲਕੋਹਲ, ਸਭ ਤੋਂ ਪਹਿਲਾਂ ਤੁਸੀਂ ਨਸ਼ਾ ਹੀ ਛੱਡੋ ਜਿਹੜਾ 100 ਬਿਮਾਰੀਆਂ ਦਾ ਕਾਰਨ ਹੈ। ਨਸ਼ਾ ਕੋਈ ਹੋਵੇ, ਕਿਸੇ ਕਿਸਮ ਦਾ ਨਸ਼ਾ ਹੋਵੇ, ਉਹ ਸਿਹਤ ਲਈ ਹਾਨੀਕਾਰਕ ਹੈ। ਉੱਪਰ ਜ਼ਰੂਰ ਲਿਖਿਆ ਹੁੰਦਾ ਇਸ ਇੰਜਰੀਜ਼ ਟੂ ਹੈਲਥ, ਪਰ ਉਹਨੂੰ ਪੜ੍ਹਦਾ ਕੋਈ ਨਹੀਂ। ਇਸ ਕਰਕੇ ਜੇ ਨਸ਼ਾ ਲਾਉਣਾ ਜੇ ਤਾਂ ਮੇਰੇ ਕਹਿਣੇ 'ਤੇ ਉਹ ਨਸ਼ਾ ਲਾ ਲਓ, ਜਿਹੜਾ ਮੈਂ ਤੁਹਾਨੂੰ ਦੱਸਾਂ ਤੁਹਾਡੀ ਜ਼ਿੰਦਗੀ ਸੁਧਰ ਜਾਏਗੀ, ਉਹ ਨਸ਼ਾ ਲਾਓ ਸੀ ਨਾਨਕ ਨਾਮ ਦਾ, ਹੈਂ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਉਹਦਾ ਤੁਸੀਂ ਪਵਿੱਤਰ ਜਲ ਪੀ ਕੇ ਦੇਖ ਲਓ, ਉਹ ਜੇ ਅੰਮ੍ਰਿਤ ਛਕ ਲਓਗੇ ਤਾਂ ਸਾਰੇ ਨਸ਼ੇ 'ਚ ਜੋ ਤੁਹਾਨੂੰ ਮਜ਼ੇ ਆਉਣੇ ਉਹ ਤੁਹਾਨੂੰ ਉਸੇ ਅੰਮ੍ਰਿਤ 'ਚ, ਉਸੇ ਜਲ 'ਚ, ਉਸੇ ਵਿੱਚ ਹੀ ਆਉਣੇ ਸ਼ੁਰੂ ਹੋ ਜਾਣੇ ਆ। ਸੋ ਪਿਆਰੇ ਦਰਸ਼ਕੋ, ਠੀਕ ਹੈ ਪ੍ਰੋਬਲਮ ਕਿਸੇ ਨੂੰ ਵੀ ਆ ਸਕਦੀ ਹੈ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਨਹੀਂ ਤਾਂ ਨਾਨਕ ਨਾਮ ਜਹਾਜ਼ ਹੈ ਚੜ੍ਹਦੀ ਕਲਾ। ਜੇ ਪਰਮਾਤਮਾ ਦਾ ਤੁਸੀਂ ਨਾਂ ਲਓਗੇ ਪਹਿਲੀ ਗੱਲ ਤਾਂ ਸਾਨੂੰ ਕਾਲ ਕਰਨ ਤੋਂ ਪਹਿਲਾਂ ਆਪਣਾ ਮਨ ਮਾਰ ਕੇ ਆਪਣੇ ਮਨ ਨੂੰ ਸਮਝਾ ਲਓ ਕਿ ਇਹ ਨਸ਼ਾ ਠੀਕ ਹੈ। ਹਰ ਬੰਦਾ ਕਹਿੰਦਾ ਡਾਕਟਰ ਸਾਹਿਬ, ਉਹ ਹਰ ਪੇਸ਼ੈਂਟ, ਆਈ ਐਮ ਟਾਕਿੰਗ ਅਬਾਊਟ ਐਵਰੀਬਡੀ ਹੂ ਇਜ਼ ਕਾਲਿੰਗ ਮੀ। ਆਪਣੇ ਪੰਜਾਬੀਆਂ ਨੂੰ ਇੱਕ ਜ਼ਰੂਰ ਇਹ ਇੱਕ ਕੋਮਨ ਗੱਲ ਇਹ ਹੈ ਕਿ ਡਾਕਟਰ ਸਾਹਿਬ ਫਿੱਦਾ ਸ਼ਾਮ ਨੂੰ, ਦਵਾਈ ਥੋੜ੍ਹੀ ਜਿਹੀ ਨਾਲ, ਫਿਰ ਸ਼ਰਾਬ। ਤੋ ਪਿਆਰੇ ਦਰਸ਼ਕੋ, ਤੁਸੀਂ ਆਪ ਹੀ ਸੋਚੋਗੇ ਕਿ ਸ਼ਰਾਬ ਨੇ ਉਹ ਦਵਾਈ ਦਾ ਅਸਰ ਨਹੀਂ ਹੋਣ ਦੇਣਾ ਹੁੰਦਾ। ਮਜਬੂਰਨ ਮੈਨੂੰ ਵੀ ਕਹਿਣਾ ਪੈਂਦਾ, ਚਲੋ ਠੀਕ ਹੈ ਜੀ, ਇੱਕ ਪੈਗ ਲਾ ਲਈਓ, ਛੋਟਾ ਲਾ ਲਈਓ, ਖੁਰਾਕ ਨਾਲ ਖਾ ਲਈਓ। ਪਰ ਕਿਉਂਕਿ ਟੂਡੇ ਵੀ ਆਰ ਟਾਕਿੰਗ ਅਬਾਊਟ ਦਾ ਅਲਕੋਹਲ, ਸੋ ਆਈ ਵਿਲ ਡੈਫੀਨੇਟ ਐਡਵਾਈਜ਼ ਯੂ ਕਿ ਨਸ਼ੇ ਤੋਂ ਬਚੋ, ਆਪਣੀ ਸਿਹਤ ਬਣਾਓ। ਜੇ ਮੇਰੀ ਲੋੜ ਹੈ ਮਦਦ ਦੀ ਤਾਂ ਮੈਨੂੰ ਫੋਨ ਕਾਲ ਕਰੋ। ਮੇਰਾ ਖਿਆਲ ਹੈ ਕਿ ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਆਪਣੇ ਸ਼ਬਦਾਂ ਦੀ ਬਾਣੀ ਨੂੰ ਇੱਥੇ ਹੀ ਵਿਰਾਮ ਦਿੰਦਾ ਹੋਇਆ ਤੁਹਾਡੇ ਕੋਲ ਇਜਾਜ਼ਤ ਲੈਂਦਾ ਹੋਇਆ ਡਾਕਟਰ ਕੁਮਾਰ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਅਗਲੇ ਹਫ਼ਤੇ ਆਪਾਂ ਫਿਰ ਮਿਲਾਂਗੇ। ਮੇਰਾ ਖਿਆਲ ਅਗਲੇ ਹਫ਼ਤੇ ਵੀ ਕੋਮਨ ਟੋਪਿਕ ਰਹਿ ਗਿਆ, ਅਲਰਜੀ ਬਹੁਤ ਅੱਜ ਕੱਲ੍ਹ ਚੱਲ ਰਹੀ, ਉਹ 'ਤੇ ਡਿਸਕਸ ਕਰਾਂਗੇ। ਸਤਿ ਸ਼੍ਰੀ ਅਕਾਲ।